ਕਰ ਪੰਜਾਬੀਆਂ ਨੂੰ ਵੱਡੀ ਰਾਹਤ ਦੇ ਸਕਦੀ ਹੈ ਕਿਉਂਕਿ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਦੇ ਵਿੱਚ ਵਿੱਤ ਮੰਤਰੀ ਹਰਪਾਲ ਚੀਮਾ 5 ਮਾਰਚ ਨੂੰ ਪੰਜਾਬ ਨੂੰ ਲੈ ਕੇ ਬਜਟ ਪੇਸ਼ ਕਰਨਗੇ। ਕਿਉਂਕਿ ਸਭ ਤੋਂ ਪਹਿਲਾਂ ਕੇਂਦਰ ਮੰਤਰੀ ਦੇ ਵੱਲੋਂ ਜੋ ਹੈ ਬਜਟ ਪੇਸ਼ ਕੀਤਾ ਜਾਂਦਾ ਹੈ, ਉਸ ਤੋਂ ਬਾਅਦ ਸੂਬੇ ਦੀਆਂ ਸਰਕਾਰਾਂ ਦੇ ਵਿੱਤ ਮੰਤਰੀਆਂ ਦੇ ਵੱਲੋਂ ਆਪਣੇ ਸੂਬੇ ਦੇ ਲੋਕਾਂ ਨੂੰ ਰਾਹਤ ਦੇਣ ਦੇ ਲਈ ਬਜਟ ਸੈਸ਼ਨ ਪੇਸ਼ ਕੀਤਾ ਜਾਂਦਾ ਹੈ। ਤਾਂ ਵਿੱਤ ਮੰਤਰੀ ਹਰਪਾਲ ਚੀਮਾ 5 ਮਾਰਚ ਨੂੰ ਬਜਟ ਸੈਸ਼ਨ ਦੇ ਵਿੱਚ ਬਜਟ ਪੇਸ਼ ਕਰਨਗੇ। 15 ਮਾਰਚ ਤੱਕ ਇਹ ਸੈਸ਼ਨ ਚੱਲੇਗਾ, ਜਿਸ ਦੇ ਵਿੱਚ ਭਰਪੂਰ ਹੰਗਾਮਾ ਰਹਿਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ, ਕਿਉਂਕਿ ਇੱਕ ਪਾਸੇ ਕਿਸਾਨੀ ਅੰਦੋਲਨ ਹੈ ਅਤੇ ਦੂਜੇ ਪਾਸੇ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ, ਜਿਸ ਦੇ ਵਿੱਚ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਵੱਲੋਂ ਮੁੱਦੇ ਚੁੱਕੇ ਜਾ ਸਕਦੇ ਨੇ। ਹਾਲਾਂਕਿ ਬਹਿਸ ਦਾ ਵੀ ਸਮਾਂ ਦਿੱਤਾ ਜਾਏਗਾ, ਵਿੱਚ ਕਈ ਛੁੱਟੀਆਂ ਵੀ ਆ ਗਈਆਂ ਨੇ, ਸ਼ਨੀਵਾਰ ਅਤੇ ਐਤਵਾਰ ਹੋਣ ਕਰਕੇ ਛੁੱਟੀਆਂ ਵੀ ਹੋਣਗੀਆਂ ਪੰਜਾਬ ਵਿਧਾਨ ਸਭਾ ਦੇ ਇਸ ਸੈਸ਼ਨ ਦੇ ਦਰਮਿਆਨ। ਪਰ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਰਾਜਪਾਲ ਦੇ ਭਾਸ਼ਣ ਦੇ ਨਾਲ ਜੋ ਹੈ ਇਹ ਬਜਟ ਸੈਸ਼ਨ ਸ਼ੁਰੂ ਹੋਏਗਾ, ਜਿਸ ਦੇ ਵਿੱਚ ਵਿਛੜੀਆਂ ਹੋਈਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਏਗੀ। ਅਤੇ ਹੋ ਸਕਦਾ ਹੈ ਕਿ ਆਖਿਰਕਾਰ ਸ਼ਰਧਾਂਜਲੀਆਂ ਦੇਣ ਤੋਂ ਬਾਅਦ ਕੱਲ੍ਹ ਤੱਕ ਦੇ ਲਈ ਇਹ ਸੈਸ਼ਨ ਮੁਅੱਤਲ ਕਰ ਦਿੱਤਾ ਜਾਏ। ਤਾਂ ਦੇਖਦੇ ਹਾਂ ਕਿ ਅੱਜ ਦੇ ਇਸ ਸੈਸ਼ਨ ਦੇ ਵਿੱਚ ਕੀ ਕੁਝ ਖਾਸ ਰਹਿੰਦਾ ਹੈ, ਪਰ 15 ਮਾਰਚ ਤੱਕ ਇਹ ਸੈਸ਼ਨ ਚੱਲੇਗਾ। ਭਰਪੂਰ ਹੰਗਾਮੇ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਕਿਉਂਕਿ ਇਸ ਵੇਲੇ ਕਿਸਾਨੀ ਦਾ ਮੁੱਦਾ ਚਲੰਤ ਮੁੱਦਾ ਹੈ ਅਤੇ ਅਜਿਹੇ ਦੇ ਵਿੱਚ ਮਾਨ ਸਰਕਾਰ ਨੇ ਜਿੱਥੇ ਆਪਣਾ ਸਟੈਂਡ ਸਪਸ਼ਟ ਕਰ ਦਿੱਤਾ ਹੈ, ਪਰ ਵਿਰੋਧੀ ਧਿਰਾਂ ਦੇ ਵੱਲੋਂ ਸੂਬਾ ਸਰਕਾਰ ਨੂੰ ਘੇਰਨ ਦੀ ਹਰ ਇੱਕ ਪੱਧਰ ਦੇ ਉੱਤੇ ਕੋਸ਼ਿਸ਼ ਕੀਤੀ ਜਾਏਗੀ। 2 ਅਤੇ 3 ਮਾਰਚ ਨੂੰ ਬਜਟ ਸੈਸ਼ਨ ਦੇ ਦਰਮਿਆਨ ਛੁੱਟੀ ਰਹੇਗੀ, 4 ਨੂੰ ਰਾਜਪਾਲ ਦੇ ਭਾਸ਼ਣ ਦੇ ਉੱਤੇ ਬਹਿਸ ਹੋਏਗੀ, 5 ਨੂੰ ਬਜਟ ਪੇਸ਼ ਕੀਤਾ ਜਾਏਗਾ, 6 ਨੂੰ ਇਸ ਬਜਟ ਦੇ ਉੱਤੇ ਹੀ ਬਹਿਸ ਕੀਤੀ ਜਾਏਗੀ, 7 ਅਤੇ 8 ਮਾਰਚ ਨੂੰ ਸਰਕਾਰੀ ਸਮਾਗਮ ਅਤੇ ਹੋਰ ਮੀਟਿੰਗਾਂ ਹੋਣਗੀਆਂ, 9 ਅਤੇ 10 ਤਰੀਕ ਦੀ ਫਿਰ ਛੁੱਟੀ ਹੈ ਅਤੇ ਬਾਕੀ ਦਿਨ ਕਾਰਜ ਕੀਤੇ ਜਾਣਗੇ। ਤਮਾਮ ਕੀ ਆਖਿਰਕਾਰ ਜਿਹੜੇ ਬਿੱਲ ਲਿਆਂਦੇ ਗਏ ਨੇ ਉਹਨਾਂ ਤਮਾਮ ਬਿੱਲਾਂ ਦੇ ਉੱਤੇ ਜੋ ਹੈ ਬਹਿਸ ਕੀਤੀ ਜਾਏਗੀ ਜਾਂ ਉਹਨਾਂ ਨੂੰ ਪਾਸ ਕੀਤਾ ਜਾਵੇਗਾ। 15 ਮਾਰਚ ਤੱਕ ਇਹ ਜਿਹੜਾ ਸੈਸ਼ਨ ਚੱਲਣਾ, ਇਸ ਦੇ ਵਿੱਚ ਤਕਰੀਬਨ 5 ਛੁੱਟੀਆਂ ਵੀ ਰਹਿਣਗੀਆਂ, ਯਾਨੀ ਕਿ ਕੁੱਲ ਮਿਲਾ ਕੇ 10 ਦਿਨ ਪੰਜਾਬ ਦਾ ਬਜਟ ਸੈਸ਼ਨ ਚੱਲਣ ਵਾਲਾ ਹੈ। ਮਾਨ ਸਰਕਾਰ ਦੇ ਕਾਰਜਕਾਲ ਦਾ ਇਹ ਦੂਜਾ ਬਜਟ ਸੈਸ਼ਨ ਹੈ। ਹਾਲਾਂਕਿ ਪਿਛਲੇ ਬਜਟ ਸੈਸ਼ਨ ਦੇ ਵਿੱਚ ਵੀ ਕਾਫੀ ਰਾਹਤਾਂ ਮਾਨ ਸਰਕਾਰ ਦੇ ਵੱਲੋਂ ਦਿੱਤੀਆਂ ਗਈਆਂ ਸਨ, ਤਾਂ ਲੋਕਾਂ ਦੇ ਮੁੱਦਿਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ, ਲੋਕਾਂ ਦੀਆਂ ਲੋੜਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਬਜਟ ਸੈਸ਼ਨ ਪੇਸ਼ ਕੀਤਾ ਜਾ ਰਿਹਾ ਹੈ ਮਾਨ ਸਰਕਾਰ ਦੇ ਵੱਲੋਂ 5 ਮਾਰਚ ਨੂੰ। ਅਤੇ ਵਿੱਤ ਮੰਤਰੀ ਹਰਪਾਲ ਚੀਮਾ ਇਹ ਜੋ ਬਜਟ ਪੇਸ਼ ਕਰਨਗੇ, ਜਾਣਕਾਰੀ ਦੇ ਮੁਤਾਬਿਕ ਪ੍ਰਸ਼ਨ ਕਾਲ ਦੇ ਲਈ ਜਿਹੜਾ ਹੈ ਮੈਂਬਰਾਂ ਦੇ ਵੱਲੋਂ 350 ਦੇ ਕਰੀਬ ਪ੍ਰਸ਼ਨ ਭੇਜੇ ਗਏ ਨੇ, ਜਿਸ ਦੇ ਵਿੱਚ ਵਿਰੋਧੀ ਧਿਰਾਂ ਦੇ ਪ੍ਰਸ਼ਨ ਵੀ ਸ਼ਾਮਿਲ ਨੇ ਅਤੇ ਨਾਲ ਹੀ ਮੌਜੂਦਾ ਵਿਧਾਇਕਾਂ ਦੇ ਵੀ ਪ੍ਰਸ਼ਨ ਸ਼ਾਮਿਲ ਨੇ, ਜਿਹੜੇ ਕਿ ਮੰਤਰੀਆਂ ਅਤੇ ਮੁੱਖ ਮੰਤਰੀ ਮਾਨ ਨੂੰ ਸਵਾਲ ਕਰਨਗੇ ਅਤੇ ਉਹਨਾਂ ਤਮਾਮ ਸਵਾਲਾਂ ਦੇ ਜਵਾਬ ਭਰੀ ਵਿਧਾਨ ਸਭਾ ਦੇ ਵਿੱਚ ਦਿੱਤੇ ਜਾਣਗੇ।